ਕੀਤਾ ਇਹਨਾਂ ਨੇ ਵੀ ਅੱਜ ਭੈਣਾਂ ਜਿਹੜੀਆਂ ਮਾਣ ਭੱਤਾ ਜਿਹੜਾ ਪਹਿਲਾਂ ਮਿਲਦਾ ਸੀ ਉਹਨੂੰ ਵੀ 10-10 ਮਹੀਨੇ ਹੋ ਗਏ ਮਿਲੇ ਨੇ, ਉਹਨੂੰ ਤਰਸ ਰਹੀਆਂ। ਇਹਨਾਂ ਨੇ ਕੋਸ਼ਿਸ਼ ਕੀਤੀ ਮੇਰੀ ਆਵਾਜ਼ ਨੂੰ ਬੰਦ ਕਰਨ ਦੀ, ਪਰ ਅੱਜ ਮੇਰੀਆਂ ਜਿਹੜੀਆਂ ਮੇਰੇ ਮਹਿਕਮੇ ਦੀਆਂ ਭੈਣਾਂ ਆਂਗਣਵਾੜੀ ਵਰਕਰਾਂ ਹੈਲਪਰਾਂ ਮੇਰੇ ਨਾਲ ਖੜੀਆਂ, ਬੱਚਿਆਂ ਤੋਂ ਫੀਸਾਂ ਲੈਣੀਆਂ ਸ਼ੁਰੂ, ਲੋਕਾਂ ਦੇ ਰਾਸ਼ਨ ਬੰਦ, ਔਰਤਾਂ ਨੂੰ 1000 ਰੁਪਈਆ ਨਹੀਂ। ਜਦੋਂ ਮੈਂ ਸਾਰੇ ਪੰਜਾਬ ਦੀ ਆਵਾਜ਼ ਬਣ ਗਈ ਤਾਂ ਇਹਨਾਂ ਨੇ ਮੇਰੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਰੌਲਾ ਇਹ ਹੈ ਜਦੋਂ ਤਾਂ ਆਉਂਦਾ ਸੀ ਸਰਕਾਰੀ ਅਦਾਰਿਆਂ 'ਚ ਕਮਿਸ਼ਨ ਕੋਈ ਨਹੀਂ ਸੀ, ਉਦੋਂ ਕਹਿੰਦੇ ਸੀ 35 ਤੋਂ ਵੱਧ ਨਹੀਂ ਬੱਚੇ ਭਰਨੇ, ਅਸੀਂ ਜਿਹੜਾ ਹੈਗਾ ਇੰਨੇ ਬੈਨੀਫਿਸ਼ਰੀ ਰੱਖਣੇ, ਹੁਣ ਕਹਿੰਦੇ ਵੀ ਪਿੰਡ 'ਚ ਛੱਡਣਾ ਹੀ ਕੋਈ ਨਹੀਂ ਜਿਹਨੂੰ ਦੇਣਾ ਨਹੀਂ। ਕੋਈ ਬੱਚਾ ਆਂਗਣਵਾੜੀ 'ਚ ਨਹੀਂ ਆ ਰਿਹਾ, ਇਹਨਾਂ ਸਾਰ ਕਿਸੇ ਨੂੰ ਵੀ ਬਾਹਰ ਖੜੀ ਕਰਕੇ ਪੁੱਛ ਲਓ ਵੀ ਕਿਸੇ ਦੇ ਆਂਗਣਵਾੜੀ 'ਚ ਬੱਚਾ ਹੈਗਾ, ਹੈਗਾ ਕਿਸੇ ਦੇ ਦੱਸੋ। ਇਹ ਜਿਹੜੇ ਮੰਤਰੀ ਸੰਤਰੀ ਸਭ ਵਿਗੇ ਹੋਏ ਸਰਕਾਰਾਂ ਦੇ, ਇਹ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਹਾਂ ਅੱਜ ਇੱਥੋਂ ਵੀ ਜਿੰਨਾ ਚਿਰ ਸਾਨੂੰ ਭੈਣ ਜੀ ਨੂੰ ਸਾਡੇ ਨੂੰ ਬਹਾਲ ਨਹੀਂ ਕਰਦੇ, ਅਸੀਂ ਇਹਨਾਂ ਦੇ ਨਾਲ ਚਟਾਨ ਵਾਂਗੂ ਖੜੇ ਹੈ। ਸਰਕਾਰ ਇਹ ਨਾ ਸੋਚੇ ਵੀ ਇਹਨਾਂ ਨੂੰ ਜਿਹੜਾ ਹੈਗਾ ਅਸੀਂ ਸਸਪੈਂਡ ਕਰਕੇ ਅਤੇ ਇਹ ਆਂਗਣਵਾੜੀ ਵਰਕਰ ਦੇ ਜਿਹੜੇ ਹੈਗੇ ਪ੍ਰਧਾਨ ਨਹੀਂ ਰਹਿਣਗੇ, ਪ੍ਰਧਾਨ ਸਾਡੇ ਇਹੀ ਰਹਿਣਗੇ। ਇਸ ਕਰਨ ਦੀ ਹਿੰਮਤ ਨਹੀਂ, ਮੰਤਰੀ ਨੇ ਨਹੀਂ ਮੈਨੂੰ ਮੀਟਿੰਗ 'ਚ ਸੱਦਿਆ ਕਿਉਂਕਿ ਉਹਨੂੰ ਦੱਸਣਾ ਪੈਣਾ ਸੀ ਵੀ ਮੈਨੂੰ ਨੌਕਰੀ ਤੋਂ ਕੱਢਿਆ ਕਿਉਂ ਹੈ। ਪੰਜਾਬ ਆਂਗਣਵਾੜੀ ਯੂਨੀਅਨ ਦੇ ਵੱਲੋਂ ਅੱਜ ਡਾਇਰੈਕਟੋਰੇਟ ਸੁਰੱਖਿਆ ਜੇ ਕਹਿ ਦਈਏ ਤਾਂ ਦਫ਼ਤਰ ਦੇ ਅੱਗੇ ਧਰਨਾ ਦਿੱਤਾ ਗਿਆ, ਬਾਲ ਵਿਕਾਸ ਅਤੇ ਇਸਤਰੀ ਸੁਰੱਖਿਆ ਨੂੰ ਲੈ ਕੇ ਜੋ ਅੱਜ ਧਰਨਾ ਜੋ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵੱਲੋਂ ਦਿੱਤਾ ਗਿਆ ਅਤੇ ਪ੍ਰਧਾਨ ਜੋ ਪਿਛਲੇ ਦਿਨਾਂ ਦੇ ਵਿੱਚ ਹਰਗੋਬਿੰਦ ਕੌਰ ਜੀ ਨੂੰ ਕਹਿ ਦਈਏ ਕਿ ਸਸਪੈਂਡ ਕਰ ਦਿੱਤਾ ਗਿਆ ਸੀ, ਪ੍ਰਧਾਨਗੀ ਤੋਂ ਪਾਸੇ ਕਰ ਦਿੱਤਾ ਗਿਆ ਸੀ ਯੂਨੀਅਨ ਤੋਂ, ਅਤੇ ਅੱਜ ਉਹਨਾਂ ਨੂੰ ਬਹਾਲ ਕਰਵਾਉਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਆਂਗਣਵਾੜੀ ਮੁਲਾਜ਼ਮਾਂ ਦੇ ਵੱਲੋਂ ਉਹਨਾਂ ਦੇ ਹੱਕ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਨਾਲ ਹੀ ਜੋ ਉਹਨਾਂ ਦੀ ਰਹਿੰਦੀਆਂ ਮੰਗਾਂ ਨੇ ਉਹਨਾਂ ਨੂੰ ਪੂਰਾ ਕਰਵਾਉਣ ਦੇ ਲਈ ਵੀ ਅੱਜ ਇੱਥੇ ਧਰਨਾ ਪ੍ਰਦਰਸ਼ਨ ਆ। ਮੈਂ ਅੱਜ ਵੱਡੀ ਗਿਣਤੀ ਦੇ ਵਿੱਚ ਤੁਹਾਡੀ ਜੋ ਸਾਥੀ ਨੇ ਤੁਹਾਨੂੰ ਬਹਾਲ ਕਰਵਾਉਣ ਦੇ ਲਈ ਇੱਥੇ ਪਹੁੰਚੇ ਹੋਏ ਨੇ, ਲਗਾਤਾਰ ਪਿਛਲੇ ਸਮੇਂ ਦੌਰਾਨ ਵੀ ਧਰਨੇ 'ਤੇ ਰਹੇ ਹੋ, ਸੰਘਰਸ਼ਾਂ 'ਤੇ ਰਹੇ ਹੋ, ਕੀ ਕਹਿਣਾ ਚਾਹੋਗੇ? ਹਾਂਜੀ ਹਾਂ, ਮੈਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਸਰਕਾਰ ਨੇ ਬਹੁਤ ਕੁਝ ਹੀ ਚਾਲ ਚੱਲੀ ਹੈ। ਸਰਕਾਰ ਦੀ ਇਹ ਕੋਸ਼ਿਸ਼ ਸੀ ਵੀ ਮੈਂ ਹਜ਼ਾਰਾਂ ਆਂਗਣਵਾੜੀ ਵਰਕਰਾਂ ਦੀ ਆਵਾਜ਼ ਚੁੱਕ ਰਹੀ ਹਾਂ, ਮੈਂ ਕਰੋੜਾਂ ਜਿਹੜੀਆਂ ਪੰਜਾਬ ਦੀਆਂ ਗਰੀਬ ਔਰਤਾਂ, ਖਾਸ ਕਰਕੇ ਗਰੀਬ ਔਰਤਾਂ, ਉਹਨਾਂ ਦੀ ਆਵਾਜ਼ ਚੁੱਕ ਰਹੀ ਹਾਂ ਜਿਨ੍ਹਾਂ ਨੂੰ ਇਹਨਾਂ ਨੇ ਲਾਰੇ ਲਾ ਕੇ ਵੋਟਾਂ ਲਈਆਂ। ਆਂਗਣਵਾੜੀ ਵਰਕਰਾਂ ਨੂੰ ਕਹਿੰਦੇ ਤੁਹਾਡਾ ਮਾਣ ਭੱਤਾ ਦੁੱਗਣਾ ਕਰਾਂਗੇ, ਮਿਡ ਡੇ ਮੀਲ ਆਸ਼ਾ ਨੂੰ ਕਹਿੰਦੇ ਮਾਣ ਭੱਤਾ ਦੁੱਗਣਾ ਕਰਾਂਗੇ, ਪੰਜਾਬ ਦੀਆਂ ਔਰਤਾਂ ਨੂੰ ਕਹਿੰਦੇ ਅਸੀਂ ਤੁਹਾਨੂੰ 1000-1000 ਰੁਪਈਆ ਦੇਵਾਂਗੇ। ਕੀਤਾ ਇਹਨਾਂ ਨੇ ਕੀ ਵੀ ਅੱਜ ਭੈਣਾਂ ਜਿਹੜੀਆਂ ਮਾਣ ਭੱਤਾ ਜਿਹੜਾ ਪਹਿਲਾਂ ਮਿਲਦਾ ਸੀ ਉਹਨੂੰ ਵੀ 10-10 ਮਹੀਨੇ ਹੋ ਗਏ ਮਿਲੇ ਨੇ, ਉਹਨੂੰ ਤਰਸ ਰਹੀਆਂ। ਉਹ 1000 ਰੁਪਈਆ ਤਾਂ ਕੀ ਮਿਲਣਾ ਸੀ, ਉਹ ਜਿਹੜਾ ਹੈਗਾ ਰਾਸ਼ਨ ਨੂੰ ਤਰਸ ਰਹੀਆਂ। ਉਹ ਕਰੋੜਾਂ ਔਰਤਾਂ ਦਾ ਇਹਨਾਂ ਨੇ ਰਾਸ਼ਨ 11 ਲੱਖ ਰਾਸ਼ਨ ਕਾਰਡ ਬੰਦ ਕਰਤੇ ਅਤੇ 5-5 ਕਿਲੋ ਉਹਨਾਂ ਦਾ 30 ਕਿਲੋ ਦੀ ਥਾਂ 'ਤੇ ਉਹਨਾਂ ਦਾ 5 ਕਿਲੋ ਰਾਸ਼ਨ ਕਰਤਾ, ਜਿਹੜੇ ਬਚੇ ਆ 3-3 ਮਹੀਨੇ ਉਹ ਨਹੀਂ ਮਿਲਦਾ। ਸੋ ਮੈਂ ਉਹਨਾਂ ਦੀ ਆਵਾਜ਼ ਹੈ, ਮੈਂ ਕੁੜੀਆਂ ਦੀ ਆਵਾਜ਼ ਹਾਂ ਜਿਨ੍ਹਾਂ ਦੇ ਇਹਨਾਂ ਨੇ ਵਜ਼ੀਫੇ ਬੰਦ ਕਰਤੇ, ਮੈਂ ਗਰੀਬ ਬੱਚਿਆਂ ਦੀ ਆਵਾਜ਼ ਹਾਂ ਜਿਨ੍ਹਾਂ ਤੋਂ ਇਹ ਫੀਸਾਂ ਲੈ ਰਹੇ ਹੈਗੇ ਆ, ਜਾਂ ਐਸ ਸੀ ਬੱਚਿਆਂ ਤੋਂ 8ਵੀਂ ਵਾਲੇ ਤੋਂ ਫੀਸ, 9ਵੀਂ ਵਾਲੇ ਤੋਂ ਫੀਸ, 10ਵੀਂ ਵਾਲੇ ਤੋਂ ਫੀਸ, +2 ਤੋਂ ਫੀਸ, ਮੈਂ ਉਹਨਾਂ ਲੋਕਾਂ ਦੀ ਆਵਾਜ਼ ਹੈ। ਇਹਨਾਂ ਨੇ ਕੋਸ਼ਿਸ਼ ਕੀਤੀ ਮੇਰੀ ਆਵਾਜ਼ ਨੂੰ ਬੰਦ ਕਰਨ ਦੀ, ਪਰ ਅੱਜ ਮੇਰੀਆਂ ਜਿਹੜੀਆਂ ਮੇਰੇ ਮਹਿਕਮੇ ਦੀਆਂ ਭੈਣਾਂ ਆਂਗਣਵਾੜੀ ਵਰਕਰਾਂ ਹੈਲਪਰਾਂ ਮੇਰੇ ਨਾਲ ਖੜੀਆਂ, ਕੌਰ ਦੇ ਧਰਨਾ ਰੱਖ, ਅਸੀਂ ਵੀ ਤੇਰੇ ਨਾਲ ਆਉਣ ਨੂੰ ਤਿਆਰ ਹੈਗੇ ਹਾਂ, ਪਰ ਹਾਲੇ ਤੱਕ ਇਹ ਮੇਰੀਆਂ ਭੈਣਾਂ ਕਹਿੰਦੀਆਂ ਪਹਿਲਾਂ ਸਾਡੀ ਜ਼ੋਰ ਅਜਮਾਈ ਚੱਲੂਗੀ, ਉਹ ਬਾਅਦ 'ਚ ਆਉਣਗੀਆਂ। ਸੋ ਪੰਜਾਬ ਦੀਆਂ ਔਰਤਾਂ ਮੇਰੇ ਨਾਲ ਖੜੀਆਂ, ਇਹ ਸਾਡੀ ਆਵਾਜ਼ ਬੰਦ ਕਰ ਹੀ ਨਹੀਂ ਸਕਦੇ। ਕੀ ਲੱਗਦਾ ਕਿ ਪਹਿਲਾਂ ਤੁਸੀਂ ਸੂਬਾ ਪ੍ਰਧਾਨ ਰਹੇ ਹੋ, ਹੁਣ ਵੀ ਹੋ, ਲੇਕਿਨ ਪਾਰਟੀ ਜੁਆਇਨ ਕਰਨ ਦਾ ਤਾਂ ਨਹੀਂ ਲੱਗਦਾ ਵੀ ਉਸੇ ਕਰਕੇ ਤੁਹਾਨੂੰ ਸਸਪੈਂਡ ਕੀਤਾ? ਦੇਖੋ ਮੈਂ ਤਾਂ ਪਹਿਲਾਂ ਕਿਹਾ ਵੀ ਸਸਪੈਂਡ ਤਾਂ ਮੈਨੂੰ ਤਾਂ ਹੀ ਕੀਤਾ ਨਾ ਵੀ ਮੈਂ ਇਹਨਾਂ ਦੀ ਆਵਾਜ਼ ਸੀਗੀ ਉਹ ਤਾਂ ਬਰਦਾਸ਼ਤ ਹੁੰਦੀ ਸੀ ਵੀ 54,000 ਦੀ ਆਵਾਜ਼ ਆ ਤਾਂ ਕੋਈ ਗੱਲ ਨਹੀਂ, ਹੁਣ ਜਦੋਂ ਮੈਂ ਕਰੋੜਾਂ ਦੀ ਆਵਾਜ਼ ਬਣ ਗਈ
ਮੈਂ ਬੱਚਿਆਂ ਦੀ ਆਵਾਜ਼ ਵੀ ਬਣ ਗਈ, ਮੈਂ ਛੋਟੀਆਂ ਕੁੜੀਆਂ ਦੀ ਸਕੂਲ ਵਾਲਿਆਂ ਦੀ ਆਵਾਜ਼ ਬਣ ਗਈ, ਜਿਨ੍ਹਾਂ ਦੇ ਵਜ਼ੀਫੇ ਬੰਦ, ਸਾਈਕਲ ਬੰਦ, ਸ਼ਗਨ ਸਕੀਮਾਂ ਬੰਦ, ਬੱਚਿਆਂ ਤੋਂ ਫੀਸਾਂ ਲੈਣੀਆਂ ਸ਼ੁਰੂ, ਲੋਕਾਂ ਦੇ ਰਾਸ਼ਨ ਬੰਦ, ਔਰਤਾਂ ਨੂੰ 1000 ਰੁਪਈਆ ਨਹੀਂ। ਜਦੋਂ ਮੈਂ ਸਾਰੇ ਪੰਜਾਬ ਦੀ ਆਵਾਜ਼ ਬਣ ਗਈ ਤਾਂ ਇਹਨਾਂ ਨੇ ਮੇਰੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਲਗਾਤਾਰ ਸੰਘਰਸ਼ਾਂ ਦੇ ਰਾਹ 'ਤੇ ਰਹੇ ਹੋ, ਚਾਹੇ ਬੱਚਿਆਂ ਨੂੰ ਆਂਗਣਵਾੜੀ ਸੈਂਟਰ 'ਚ ਵਾਪਸ ਲਿਆਉਣਾ ਹੋਵੇ, ਜਾਂ ਇਹਨਾਂ ਦਾ ਜੋ ਆਂਗਣਵਾੜੀ ਮੁਲਾਜ਼ਮ ਜਾਂ ਹੈਲਪਰ ਵਰਕਰ, ਉਹਨਾਂ ਦੇ ਮਾਣ ਭੱਤੇ ਦੀ ਗੱਲ ਹੋਵੇ। ਬਿਲਕੁਲ, ਪਹਿਲਾਂ ਕਿਹਾ ਮੈਂ ਵੀ ਕਿਹਾ ਇਹ ਕਿ ਮਾਣ ਭੱਤਾ ਦੁੱਗਣਾ ਕਰਾਂਗੇ, ਦੇ ਮਾਣ ਭੱਤਾ ਨਹੀਂ ਸਕਦੇ। 7 ਸਾਲ ਹੋ ਗਏ ਬੱਚੇ ਆਂਗਣਵਾੜੀਆਂ 'ਚ ਨਹੀਂ ਹੈਗੇ, ਜਿਹੜਾ ਰਾਸ਼ਨ ਹੈਗਾ ਆਂਗਣਵਾੜੀਆਂ 'ਚ ਆਉਂਦਾ, ਜਿਹੜਾ ਸਰਕਾਰੀ ਅਦਾਰਿਆਂ 'ਚ ਆਉਂਦਾ ਸੀ ਉੱਥੋਂ ਇਹਨਾਂ ਨੂੰ ਕਮਿਸ਼ਨ ਨਹੀਂ ਮਿਲਦਾ ਸੀ, ਚੱਕ ਕੇ ਇਹਨਾਂ ਨੇ ਪ੍ਰਾਈਵੇਟ ਕੰਪਨੀ ਨੂੰ ਉਹ ਰਾਸ਼ਨ ਦੇਤਾ, ਉੱਥੋਂ ਇਹ ਕਮਿਸ਼ਨ ਖਾਂਦੇ ਆ, ਪੈਕਟ ਸਾਨੂੰ ਫੜਾ ਜਾਂਦੇ ਆ, ਰੋਜ਼ ਆਏ ਸਿੱਟ ਜਾਂਦੇ ਆ, ਧੜਾ ਧੜਾ ਹੁਣ ਇਹ ਗਾਂਹ ਵੰਡ ਦਿਓ। ਕਿਉਂ ਹੁਣ ਰੌਲਾ ਇਹ ਹੈ, ਜਦੋਂ ਤਾਂ ਆਉਂਦਾ ਸੀ ਸਰਕਾਰੀ ਅਦਾਰਿਆਂ 'ਚੋਂ ਕਮਿਸ਼ਨ ਕੋਈ ਨਹੀਂ ਸੀ, ਉਦੋਂ ਕਹਿੰਦੇ ਸੀ 35 ਤੋਂ ਵੱਧ ਨਹੀਂ ਬੱਚੇ ਭਰਨੇ, ਅਸੀਂ ਜਿਹੜਾ ਹੈਗਾ ਇੰਨੇ ਬੈਨੀਫਿਸ਼ਰੀ ਰੱਖਣੇ। ਹੁਣ ਕਹਿੰਦੇ ਵੀ ਪਿੰਡ 'ਚ ਛੱਡਣਾ ਹੀ ਕੋਈ ਨਹੀਂ ਜਿਹਨੂੰ ਦੇਣਾ ਨਹੀਂ, ਹੁਣ ਇਹ ਹੈਗਾ ਵੀ ਵੱਧ ਤੋਂ ਵੱਧ ਰਾਸ਼ਨ ਲੱਗੂਗਾ, ਸਾਨੂੰ ਪੈਸੇ ਵੱਧ ਬਣਨਗੇ। ਸੋ ਹੁਣ ਇਹ ਹੈਗਾ ਸਾਡੀ ਹੈਲਪਰ ਵਿਹਲੀ ਕਰਤੀ, ਰਾਸ਼ਨ ਆਂਗਣਵਾੜੀ 'ਚੋਂ ਰਿੰਨਣਾ ਬੰਦ ਕਰਤਾ, ਸਿੱਧਾ ਕੰਪਨੀ ਤੋਂ ਲਿਆ ਲੋਕਾਂ ਨੂੰ ਫੜਾਤਾ, ਬੱਚੇ ਪਹਿਲਾਂ ਸਕੂਲ 'ਚ ਬਿਠਾਤੇ, ਬੱਚਿਆਂ ਨੂੰ ਰਾਸ਼ਨ ਘਰੇ ਪਹੁੰਚ ਗਿਆ ਆਂਗਣਵਾੜੀ, ਹੁਣ ਕੌਣ ਆਊਗਾ ਦੱਸੋ, ਲੋੜ ਹੀ ਨਹੀਂ ਰਹਿ ਗਈ। ਬਿਲਕੁਲ ਲੋੜ ਹੀ ਨਹੀਂ ਰਹਿ ਗਈ। ਸਰਕਾਰਾਂ ਕਹਿੰਦੀਆਂ ਵੀ ਅਸੀਂ ਤਾਂ ਛੋਟੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਜੇ ਕਹਿੰਦੇ ਆਂਗਣਵਾੜੀ ਦੇ ਵਿੱਚ ਹੀ ਭੇਜ ਰਹੇ, ਕੋਈ ਬੱਚਾ ਆਂਗਣਵਾੜੀ 'ਚ ਨਹੀਂ ਆ ਰਿਹਾ। ਇਹਨਾਂ ਕਿਸੇ ਨੂੰ ਵੀ ਬਾਂਹ ਖੜੀ ਕਰਕੇ ਪੁੱਛ ਲਓ ਵੀ ਕਿਸੇ ਦੇ ਆਂਗਣਵਾੜੀ 'ਚ ਬੱਚਾ ਹੈਗਾ, ਹੈਗਾ ਕਿਸੇ ਦੇ ਦੱਸੋ, ਕੋਈ ਬੱਚਾ ਨਹੀਂ ਆਂਗਣਵਾੜੀਆਂ ਦੇ ਵਿੱਚ ਹੈਗਾ। ਹੁਣ ਤਾਂ ਜਿਹੜੇ ਸਕੂਲਾਂ ਦੇ ਵਿੱਚ ਆਂਗਣਵਾੜੀ ਲੱਗਦੇ ਆ, ਇੱਥੋਂ ਚਿੱਠੀ ਚਲੀ ਗਈ ਹੈ ਜਿਹੜੀ ਮੈਂ ਗੱਲ ਕਰਨੀ ਭੁੱਲ ਜਾਂਦੀ ਹਾਂ, ਆਂਗਣਵਾੜੀ ਸਕੂਲਾਂ ਦੇ ਵਿੱਚ ਬਿਠਾਈਆਂ ਸੀਗੀਆਂ ਵਰਕਰ, ਉਹਨਾਂ ਕੋਲ ਬੱਚੇ 2 ਘੰਟੇ ਆ ਕੇ ਖੇਡ ਖੂਡ ਲੈਂਦੇ ਸੀ, ਹੁਣ ਕਹਿੰਦੇ ਆਂਗਣਵਾੜੀ ਉੱਥੋਂ ਸਕੂਲਾਂ 'ਚ ਵੀ ਬਾਹਰ ਆ ਜਾਓ, ਉਹ ਵੀ ਚੱਕਣ ਲੱਗਿਆ। ਸੋ ਹਰ ਤਰੀਕਾ ਵਰਤ ਰਹੇ ਹੈਗੇ ਇਹ ਆਂਗਣਵਾੜੀ ਨੂੰ ਖੁਰਦ ਬੁਰਦ ਕਰਨ ਦਾ, ਬੁਰਦ ਕਰਨ ਦਾ। ਹੋਰ ਵੀ ਨਾਲ ਮੈਮ ਕੀ ਕਹਿਣਾ ਚਾਹੋਗੇ? ਅੱਜ ਪਹਿਲਾਂ ਤਾਂ ਤੁਸੀਂ ਪ੍ਰਧਾਨਗੀ ਬਹਾਲੀ ਲਈ ਇੱਥੇ ਪਹੁੰਚੇ ਹੋ? ਜੀ, ਸਭ ਤੋਂ ਪਹਿਲਾਂ ਅਸੀਂ ਆਪਣੇ ਸੂਬਾ ਪ੍ਰਧਾਨ ਦੀ ਬਹਾਲੀ ਲਈ ਪਹੁੰਚੇ ਹਾਂ ਇੱਥੇ, ਅਤੇ ਇਹਨਾਂ ਨੇ ਇਹੋ ਬਸ ਬਦਲਾਖੋਰੀ ਲਈ ਆ, ਹੋਰ ਸਾਡੇ ਭੈਣ ਜੀ ਨੇ ਕੋਈ ਇਹੋ ਜਿਹੀ ਗੱਲ ਨਹੀਂ। ਸਾਰੇ ਰਜਿਸਟਰ ਪਹਿਲਾਂ ਇਹਨਾਂ ਨੇ ਮੰਗਾਏ, ਸਾਰੇ ਚੈੱਕ ਕੀਤੇ, ਉਹ ਰਜਿਸਟਰਾਂ ਦੇ ਵਿੱਚ ਪੂਰੇ ਨਿਕਲੇ, ਲਾਭਪਾਤਰੀਆਂ ਨੂੰ ਜਿੱਥੇ ਫੀਡ ਦਿੰਦੇ ਸੀ ਉਹ ਵੀ ਸਾਰਾ ਕੁਛ ਪੂਰਾ ਨਿਕਲਿਆ। ਬਸ ਇਹਨਾਂ ਨੇ ਬਦਲਾਖੋਰੀ ਲਈ ਅਤੇ ਇਹਨਾਂ ਨੂੰ ਜਿਹੜਾ ਆ ਸਸਪੈਂਡ ਕੀਤਾ ਗਿਆ, ਕਿਉਂਕਿ ਇਹਨਾਂ ਨੂੰ ਇਹ ਆ ਕਿ ਇਹਨਾਂ ਦੇ ਨਾਲ 54,000 ਜਿਹੜੀਆਂ ਵਰਕਰ ਹੈਲਪਰ ਜੁੜੀਆਂ ਹੋਈਆਂ ਨੇ, ਅਤੇ ਹੁਣ ਇਹ ਉੱਧਰ ਅਕਾਲੀ ਦਲ ਦੇ ਪ੍ਰਧਾਨ ਵੀ ਬਣ ਗਏ, ਅਤੇ ਉੱਧਰੋਂ ਵੀ ਇਹਨਾਂ ਨੂੰ ਕਰੋੜਾਂ ਦੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਔਰਤਾਂ ਨੇ ਇਹਨਾਂ ਦੇ ਨਾਲ ਆ ਜੁੜੀਆਂ, ਅਤੇ ਇਸੇ ਬਦਲਾਖੋਰੀ ਦੇ ਵਿੱਚ ਸਾਡੇ ਭੈਣ ਜੀ ਨੂੰ ਇਹਨਾਂ ਨੇ ਸਸਪੈਂਡ ਕੀਤਾ, ਅਤੇ ਅਸੀਂ ਉਹਨਾਂ ਚਿਰ ਸੰਘਰਸ਼ ਤਿੱਖਾ ਰੱਖਾਂਗੇ ਜਿੰਨਾ ਚਿਰ ਇਹਨਾਂ ਨੂੰ ਬਹਾਲ ਨਹੀਂ ਕਰਨਗੇ ਸਾਡੇ ਭੈਣ ਜੀ ਨੂੰ, ਭਾਵੇਂ ਸਾਨੂੰ ਦਿਨ ਰਾਤ ਭੁੱਖ ਹੜਤਾਲ 'ਤੇ ਦਿਨ ਰਾਤ ਜਿੱਥੇ ਵੀ ਸਾਨੂੰ ਬੁਲਾਉਣਗੇ ਅਸੀਂ ਉੱਥੇ ਆਵਾਂਗੇ, ਕਿਉਂਕਿ ਇਹ ਮੰਤਰੀ ਮੈਡਮ ਜਿਹੜੇ ਨੇ ਔਰਤਾਂ ਦੇ ਹੋ ਕੇ ਇਹ ਸਾਡੇ ਨਾਲ ਇਹ ਵਰਤਾਅ ਕਰ ਰਹੇ ਆ, ਕਿਉਂਕਿ ਦੂਸਰੀਆਂ ਯੂਨੀਅਨ ਨੂੰ ਮੀਟਿੰਗ ਦਾ ਟਾਈਮ ਦਿੰਦੇ ਅਤੇ ਸਾਡੀ ਭੈਣ ਜੀ ਦੇ ਨਾਲ ਇਹ ਬਦਲਾਖੋਰੀ ਦੇ, ਕਿਉਂਕਿ ਇਹ ਸਰਕਾਰਾਂ ਦੇ ਅੱਗੇ ਵਿਕ ਚੁੱਕੀਆਂ ਨੇ, ਇਹ ਜਿਹੜੇ ਮੰਤਰੀ ਸੰਤਰੀ ਸਭ ਵਿਕੇ ਹੋਏ ਸਰਕਾਰਾਂ ਦੇ ਅੱਗੇ, ਅਤੇ ਸਾਡੇ ਭੈਣ ਜੀ ਇਹੋ ਜਿਹੇ ਨਹੀਂ ਆ, ਅਤੇ ਨਾ ਸਾਨੂੰ ਉਹ ਇਹੋ ਜਿਹੀ ਗੱਲ ਦੱਸਦੇ ਆ ਕਿ ਕਿਸੇ ਦੇ ਅੱਗੇ ਵਿਕਣਾ, ਅਸੀਂ ਤਾਂ ਸਿਰ ਚੁੱਕ ਕੇ ਜ਼ਿੰਦਾ ਹਾਂ ਅਤੇ ਜ਼ਿੰਦਾ ਰਹਾਂਗੇ, ਸਾਡੀ ਯੂਨੀਅਨ ਜਿਹੜੀ ਉਹ ਜ਼ਿੰਦਾਬਾਦ ਆ, ਯੂਨੀਅਨ ਜ਼ਿੰਦਾਬਾਦ ਆ। ਮੈਮ ਅੱਜ ਤੁਸੀਂ ਪ੍ਰਧਾਨ ਨੂੰ ਬਹਾਲ ਕਰਾਉਣਾ ਹੈ, ਲੇਕਿਨ ਹੋਰ ਮੰਗਾਂ ਵੀ ਨੇ, ਲਗਾਤਾਰ ਸੰਘਰਸ਼ ਕਰਦੇ ਰਹਿੰਦੇ ਹੋ। ਹਾਂਜੀ, ਮੈਂ ਛਿੰਦਰਪਾਲ ਕੌਰ, ਸਟੇਟ ਦੀ ਆਫਿਸ ਸੈਕਟਰੀ,
ਅਤੇ ਜਿਹੜਾ ਹੈਗਾ ਜੀ ਸਾਡੀ ਪਹਿਲੀ ਮੇਨ ਮੰਗ ਤਾਂ ਇਹੀ ਹੈਗਾ ਵੀ ਭੈਣ ਜੀ ਹਰਗੋਬਿੰਦ ਨੂੰ ਬਹਾਲ ਕੀਤਾ ਜਾਵੇ। ਦੂਜੀ ਮੰਗ ਸਾਡੀ ਇਹ ਹੈਗੀ ਜੀ ਜਿਹੜੇ 3 ਤੋਂ 6 ਸਾਲ ਦੇ ਬੱਚੇ ਹੈਗੇ ਆ ਉਹਨਾਂ ਨੂੰ ਹੈਗੇ ਆਂਗਣਵਾੜੀ ਸੈਂਟਰਾਂ ਦੇ ਵਿੱਚ ਲਿਆਂਦਾ ਜਾਵੇ, ਪ੍ਰੀ ਨਰਸਰੀ ਟੀਚਰ ਦਾ ਦਰਜਾ ਜਿਹੜਾ ਆਂਗਣਵਾੜੀ ਵਰਕਰ ਨੂੰ ਦਿੱਤਾ ਜਾਵੇ, ਜਿਹੜਾ ਰਾਸ਼ਨ ਆ ਘਟੀਆ ਕਿਸਮ ਦਾ ਆ ਰਿਹਾ ਹੈਗਾ ਉਹ ਸਾਡਾ ਰਾਸ਼ਨ ਜਿਵੇਂ ਪੁਰਾਣਾ ਹੁੰਦਾ ਸੀ, ਲੋਕਾਂ ਦੀ ਮੰਗ ਹੈ ਉਹ, ਅਸੀਂ ਨਹੀਂ, ਲੋਕ ਸਾਨੂੰ ਕਹਿੰਦੇ ਵੀ ਸਾਨੂੰ ਪਿਛਲਾ ਰਾਸ਼ਨ ਦਿੱਤਾ ਜਾਵੇ। ਇਹ ਇਹਨਾਂ ਨੇ ਕਰੋੜਾਂ ਰੁਪਈਆਂ ਦਾ ਜਿਹੜਾ ਘਪਲਾ ਕਰਨਾ ਸੀ ਇਹਨਾਂ ਨੇ ਵੇਰਕਾ ਤੋਂ ਲੈ ਕੇ ਮਾਰਕਫੈਡ ਨੂੰ ਦਿੱਤਾ, ਅੱਗੇ ਗਾਂ ਪ੍ਰਾਈਵੇਟ ਕੰਪਨੀ ਨੂੰ ਦਿੱਤਾ, ਇਹ ਕਰੋੜਾਂ ਦਾ ਘਪਲਾ ਕਰ ਰਹੇ ਹੈਗੇ ਆ। ਅਤੇ ਜਿਹੜੇ ਸਾਡੇ ਆਂਗਣਵਾੜੀ ਸੈਂਟਰ ਹੈਗੇ ਆ ਉਹ ਵੀ ਸਰਕਾਰ ਕਹਿ ਰਹੀ ਹੈ ਵੀ ਆਂਗਣਵਾੜੀ ਸੈਂਟਰ ਸਕੂਲਾਂ ਦੇ ਵਿੱਚੋਂ ਬਾਹਰ ਲਿਜਾ ਕੇ ਪ੍ਰਾਈਵੇਟ ਥਾਵਾਂ 'ਤੇ ਲਾਓ, ਜਦੋਂ ਕਿ ਸਾਡੀਆਂ ਬਿਲਡਿੰਗਾਂ ਵੀ ਸਕੂਲਾਂ ਦੇ ਵਿੱਚ ਬਣੀਆਂ ਹੈਗੀਆਂ। ਅਤੇ ਅਸੀਂ ਜਿੰਨਾ ਚਿਰ ਬਹਾਲ ਨਹੀਂ ਕਰਦੇ ਗੇ ਇਹ ਸਰਕਾਰ ਨੂੰ, ਅਸੀਂ ਚੇਤਾਵਨੀ ਦਿੰਦੇ ਹਾਂ ਅੱਜ ਇੱਥੋਂ ਵੀ ਜਿੰਨਾ ਚਿਰ ਸਾਨੂੰ ਭੈਣ ਜੀ ਨੂੰ ਸਾਡੇ ਨੂੰ ਬਹਾਲ ਨਹੀਂ ਕਰਦੇ ਅਸੀਂ ਇਹਨਾਂ ਦੇ ਨਾਲ ਚਟਾਨ ਵਾਂਗੂ ਖੜ੍ਹੇ ਹੈ। ਸਰਕਾਰ ਇਹ ਨਾ ਸੋਚੇ ਵੀ ਇਹਨਾਂ ਨੂੰ ਜਿਹੜਾ ਹੈਗਾ ਅਸੀਂ ਸਸਪੈਂਡ ਕਰਕੇ ਅਤੇ ਇਹ ਆਂਗਣਵਾੜੀ ਵਰਕਰ ਦੇ ਜਿਹੜੇ ਹੈਗੇ ਪ੍ਰਧਾਨ ਨਹੀਂ ਰਹਿਣਗੇ, ਪ੍ਰਧਾਨ ਸਾਡੇ ਇਹੀ ਰਹਿਣਗੇ। ਜੇ ਇਹਨਾਂ ਨੇ 10,000 ਰੁਪਈਆ ਇਹਨਾਂ ਤੋਂ ਖੋਇਆ ਤਾਂ ਸਾਨੂੰ ਤਾਂ ਇੱਕ ਇੱਕ ਰੁਪਈਆ ਆਉਂਦਾ, ਅਤੇ ਅਸੀਂ ਤਾਂ ਇਹਨਾਂ ਨੂੰ ਦੁੱਗਣੀ ਤਨਖਾਹ ਦੇ ਦਿਆਂਗੇ। ਅਤੇ ਇਹ ਇਹ ਮੱਤ ਭੁਲੇਖੇ 'ਚ ਰਹਿਣ, ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ। ਸਾਡੇ ਭੈਣ ਜੀ ਨੇ ਜਿਹੜਾ ਸੀਗਾ ਪਹਿਲਾਂ 32 ਬਲਾਕ ਬੰਦ ਹੋ ਗਏ ਸੀਗੇ, ਉਹਨਾਂ ਨੂੰ ਬਹਾਲ ਕਰਵਾਇਆ, CDPO ਨੂੰ ਬਹਾਲ ਕਰਾਇਆ, ਸੈਂਕੜੇ ਸਾਡੀਆਂ ਆਂਗਣਵਾੜੀ ਵਰਕਰ ਜਿਹੜੀਆਂ ਸੀਗੀਆਂ ਉਹਨਾਂ ਨੂੰ ਬਹਾਲ ਕਰਾਇਆ, ਸੁਪਰਵਾਈਜ਼ਰਾਂ ਨੂੰ ਬਹਾਲ ਕਰਾਇਆ, ਅਤੇ ਅੱਜ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਸਸਪੈਂਡ ਕੀਤਾ, ਕਿਉਂਕਿ ਇਹ ਇੱਕ ਔਰਤਾਂ ਦੀ ਆਵਾਜ਼ ਬਣੇ ਹੈਗੇ ਆ, ਇਹਨਾਂ ਦੀ ਆਵਾਜ਼ ਬੰਦ ਕਰਨ ਵਾਸਤੇ ਜਿਹੜਾ ਇਹਨਾਂ ਨੂੰ ਸਸਪੈਂਡ ਕੀਤਾ। ਅਸੀਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ, ਅਸੀਂ ਇਹਨਾਂ ਦੀ ਇੱਟ ਨਾਲ ਇੱਟ ਖੜਕਾ ਦੇਵਾਂਗੇ। ਬਿਲਕੁਲ, ਇੱਟ ਨਾਲ ਇੱਟ ਕਹੋ ਮੈਮ, ਅਧਿਕਾਰੀਆਂ ਨੂੰ ਮਿਲੇ ਕੋਈ ਤੁਹਾਡੇ ਨਾਲ ਗੱਲਬਾਤ ਹੋਈ ਹੋਵੇ? ਅਧਿਕਾਰੀ ਤਾਂ ਹੈ ਹੀ ਨਹੀਂ ਜੀ, ਜਿਹੜੇ ਜ਼ਿੰਮੇਵਾਰ ਅਧਿਕਾਰੀ ਆ ਉਹ ਤਾਂ ਦਫ਼ਤਰ ਹੈ ਨਹੀਂ, ਅਸੀਂ ਸਵੇਰੇ 10 ਵਜੇ ਦੇ ਆਏ ਹਾਂ, ਉਹ ਤਾਂ ਸੈਕਟਰੀਏਟ ਬੈਠੇ ਹੋਏ ਆ। ਹੁਣ ਤੁਸੀਂ ਦੇਖ ਲਓ ਵੀ ਜਿਨ੍ਹਾਂ ਦੀ ਕੁਰਸੀ ਇੱਥੇ ਡੈਂਦੀ ਹੈ, ਕੰਮ ਉਹਨਾਂ ਦਾ ਇੱਥੇ, ਉਹ ਸੈਕਟਰੀਏਟ ਬੈਠੇ ਕੀ ਕਰਦੇ ਆ? ਮੀਟਿੰਗ ਵੀ ਹੋਊਗੀ ਤਾਂ ਇੰਨੀਆਂ ਕਿੰਨੀ, ਕਿਹੜੀ ਮੀਟਿੰਗ ਹੈਗੀ ਜਿਹੜੀ 2.5 ਘੰਟੇ ਚੱਲਦੀ ਹੈ? ਮੀਟਿੰਗ ਤਾਂ ਵੱਧ ਤੋਂ ਵੱਧ 1.5 ਘੰਟੇ 'ਚ ਮੁੱਕ ਜਾਂਦੀ ਹੈ ਨਾ। ਆਪਦੀ ਕੁਰਸੀ 'ਤੇ ਬੈਠਣ ਆ ਕੇ ਸਾਡੇ ਨਾਲ ਗੱਲ ਕਰਨ, ਹਾਲ 'ਤੇ ਇਹ ਵੀ ਸਾਨੂੰ ਫੇਸ ਨਹੀਂ ਕਰ ਸਕਦੇ, ਫੇਸ ਕਰਨ ਦੀ ਹਿੰਮਤ ਨਹੀਂ। ਮੰਤਰੀ ਨੇ ਨਹੀਂ ਮੈਨੂੰ ਮੀਟਿੰਗ 'ਚ ਸੱਦਿਆ, ਕਿਉਂਕਿ ਉਹਨੂੰ ਦੱਸਣਾ ਪੈਣਾ ਸੀ ਵੀ ਮੈਨੂੰ ਨੌਕਰੀ ਤੋਂ ਕੱਢਿਆ ਕਿਉਂ ਹੈ। ਡਾਇਰੈਕਟਰ ਨੂੰ ਮੈਨੂੰ ਦੱਸਣਾ ਪਊਗਾ ਵੀ ਮੈਨੂੰ ਨੌਕਰੀ ਤੋਂ ਕੱਢਿਆ ਕਿਉਂ ਹੈ। ਜੇ ਮਾਂ ਵੀ ਬੱਚੇ ਦੇ ਥੱਪੜ ਮਾਰਦੀ ਹੈ ਨਾ, ਉਹਨੂੰ ਦੱਸਦੀ ਹੈ ਵੀ ਤੂੰ ਲੂਣ ਡੋਲਿਆ ਕਿ ਖੰਡ ਡੋਲੀ ਹੈ, ਫਿਰ ਉਹਨੂੰ ਕਹਿੰਦੀ ਵੀ ਮੈਂ ਤੇਰੇ ਥੱਪੜ ਮਾਰਦੀ ਹਾਂ, ਇਹਨਾਂ ਨੇ ਮੇਰੇ ਬਿਨਾਂ ਕਸੂਰੇ ਦੇ ਮੈਨੂੰ ਨੌਕਰੀ 'ਚੋਂ ਬਾਹਰ ਕਰਤਾ। ਇਹਨਾਂ ਦੀ ਹਿੰਮਤ ਨਹੀਂ ਮੈਨੂੰ ਫੇਸ ਕਰਨ ਦੀ। ਪਿਛਲੇ ਸਮੇਂ ਦੇ ਮੰਤਰੀ ਜਾਂ ਅਧਿਕਾਰੀ ਨੇ ਪਹਿਲਾਂ ਮਿਲੇ, ਕੋਈ ਗੱਲਬਾਤ ਹੋਈ ਇਸ ਬਾਰੇ? ਰੈਗੂਲਰਲੀ ਵੈਸੇ ਮੈਂ ਵਰਕਰਾਂ ਹੈਲਪਰਾਂ ਦੀਆਂ ਮੰਗਾਂ ਵਾਸਤੇ ਤਾਂ ਮੈਂ ਹਰ 15 ਦਿਨ ਬਾਅਦ ਇੱਥੇ ਆਉਣੀ ਹਾਂ, ਇਹਨਾਂ ਨਾਲ ਗੱਲ ਕਰਦੀ ਹਾਂ, ਪਰ ਜਿੱਦੇ ਦਾ ਮੈਨੂੰ ਨੌਕਰੀ ਤੋਂ ਕੱਢਿਆ ਮੇਰੇ ਮੱਥੇ ਨਹੀਂ ਲੱਗਦੇ। ਸੋ ਤਸਵੀਰਾਂ ਇੱਕ ਵਾਰੀ ਸਾਥੀ ਨੂੰ ਕਹੂੰਗਾ ਦਿਖਾਉਣ ਦੀ ਕੋਸ਼ਿਸ਼ ਕਰੇ ਕਿ ਦੋਨੋਂ ਪਾਸੇ ਕਰੀਬ 700 ਤੋਂ ਉੱਪਰ ਜਿਹੜੇ ਵਰਕਰ ਨੇ ਪੰਜਾਬ ਭਰ ਤੋਂ ਵੱਖ ਵੱਖ ਬਲਾਕਾਂ ਤੋਂ ਇੱਥੇ ਪਹੁੰਚੇ ਹੋਏ ਨੇ, ਅਤੇ ਜਿਨ੍ਹਾਂ ਦੀ ਮੰਗ ਹੈ ਕਿ ਉਹਨਾਂ ਦੇ ਪ੍ਰਧਾਨ ਨੂੰ ਬਹਾਲ ਕੀਤਾ ਜਾਵੇ, ਅਤੇ ਉਹਨਾਂ ਦੀਆਂ ਜਿਹੜੀ ਬਾਕੀ ਮੰਗਾਂ ਨੇ 3 ਤੋਂ 6 ਸਾਲ ਦੇ ਬੱਚਿਆਂ ਨੂੰ ਵਾਪਸ ਆਂਗਣਵਾੜੀ ਸੈਂਟਰਾਂ ਦੇ ਵਿੱਚ ਭੇਜਿਆ ਜਾਵੇ, ਅਤੇ ਹੋਰ ਵੀ ਜੋ ਮੰਗਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ। ਤਾਂ ਤਸਵੀਰਾਂ ਦੇ ਵਿੱਚ ਬਾਖੂਬੀ ਆ ਤਾਂ ਜਿਹੜੀਆਂ ਆਂਗਣਵਾੜੀ ਵਰਕਰਸ ਨੇ ਆਪਣੇ ਪ੍ਰਧਾਨ ਦੀ ਹਮਾਇਤ ਦੇ ਵਿੱਚ ਇੱਥੇ ਪਹੁੰਚੀਆਂ ਹੋਈਆਂ ਨੇ, ਅਤੇ ਵੱਡੀ ਗਿਣਤੀ ਦੇ ਵਿੱਚ ਵੱਖ ਵੱਖ ਬਲਾਕਾਂ ਤੋਂ ਇੱਥੇ ਜੋ ਪੰਜਾਬ ਭਰ ਤੋਂ ਆਂਗਣਵਾੜੀ ਵਰਕਰ ਪਹੁੰਚੇ ਹੋਏ ਨੇ, ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਕਦੋਂ ਇਹਨਾਂ ਦੀ ਗੱਲਬਾਤ ਨੂੰ ਸੁਣਦੀ ਹੈ ਅਤੇ ਕਦੋਂ ਇਹਨਾਂ ਦੀ ਗੱਲਬਾਤ ਨਿਪਰੇ ਚੜ੍ਹਦੀ ਹੈ। ਕੈਮਰਾ ਪਰਸਨ ਸੁਰਿੰਦਰ ਸਿੰਘ ਦੇ ਨਾਲ ਅਸ਼ਫਾਕ ਟੁੱਡੀ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ।